ਇਹ ਤਾਂ ਚੰਨੀ ਸਾਹਿਬ ਦਾ ਸਿਰਫ ਚਾਹ ਪਾਣੀ ਦਾ ਖਰਚਾ ਹੀ ਦੇਖਿਆ ਆਪਾਂ ਅਜੇ ਹਜੇ ਅੱਗੇ ਦੇਖੋ ਹੁੰਦਾ ਕੀ ਹੈ ਚਾਹਾਂ ਕਚੋਰੀਆਂ ਥਾਲੀਆਂ ਦੇ ਰੇਟ ਨਿਕਲੇ ਨੇ ਜਿਹੜੇ ਹੋਰ ਵੱਡੇ ਵੱਡੇ ਰੇਟ ਨੇ ਉਹ ਵੀ ਨਿਕਲਣਗੇ ਚਾਹੇ ਕੋਈ ਜਗਰਾਤਾ ਹੋਵੇ ਚਾਹੇ ਕੋਈ ਅਖੰਡ ਪਾਠ ਸਾਹਿਬ ਹੋਵੇ ਚਾਹੇ ਕੋਈ ਅੱਖਾਂ ਦਾ ਕੈਂਪ ਹੋਵੇ ਚਾਹੇ ਪਾਰਲੀਮੈਂਟ ਹੋਵੇ ਚਾਹੇ ਕੋਈ ਖੂਨਦਾਨ ਕੈਂਪ ਹੋਵੇ ਸਾਰੇ ਜਾਣੇ ਰਲ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਕਰੇ ਵਿਚਾਰੀ ਉਹਨਾਂ ਦੇ ਜਿਹੜੇ ਆਕਾ ਨੇ ਉਹੀ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਪੰਜਾਬ 'ਚ ਹੋਵੇ ਜਿਹੜੀ ਆਮ ਘਰਾਂ ਦੇ ਜੰਮੇ ਹੋਏ ਧੀਆਂ ਪੁੱਤਾਂ ਦੇ ਨਾਂ ਲੱਗ ਜੇ ਇਸੇ ਕਰਕੇ ਕਿਉਂਕਿ ਸਰਕਾਰ ਬਹੁਤ ਵਧੀਆ ਚੱਲ ਰਹੀ ਹੈ ਲੋਕਾਂ ਨੂੰ ਫਾਇਦੇ ਪਹੁੰਚਣੇ ਸ਼ੁਰੂ ਹੋ ਗਏ ਸਾਢੇ ਨੌ ਮਹੀਨਿਆਂ ਦੇ ਵਿੱਚ ਰੰਗਲੇ ਪੰਜਾਬ ਦੀ ਝਲਕ ਦਿਖਣੀ ਸ਼ੁਰੂ ਹੋ ਗਈ 2023 'ਚ ਚਮਕ ਦਿਖਣੀ ਸ਼ੁਰੂ ਹੋ ਜੂਗੀ ਤਾਂ ਫਿਰ ਇਹ ਚਾਹੇ ਕੋਈ ਜਗਰਾਤਾ ਹੋਵੇ ਚਾਹੇ ਕੋਈ ਅਖੰਡ ਪਾਠ ਸਾਹਿਬ ਹੋਵੇ ਚਾਹੇ ਕੋਈ ਅੱਖਾਂ ਦਾ ਕੈਂਪ ਹੋਵੇ ਚਾਹੇ ਪਾਰਲੀਮੈਂਟ ਹੋਵੇ ਚਾਹੇ ਕੋਈ ਖੂਨਦਾਨ ਕੈਂਪ ਹੋਵੇ ਸਾਰੇ ਜਾਣੇ ਰਲ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਮੈਂ ਕੀ ਵਿਗਾੜਤਾ ਜੀ ਪੰਜਾਬ ਦਾ ਹਜੇ ਜਿਹੜੇ ਇਹਨਾਂ ਦੇ ਮੈਂ ਕਿੱਸੇ ਖੋਲਣ ਲੱਗਿਆ ਹਜੇ ਤਾਂ ਕੁਛ ਵੀ ਨਹੀਂ ਹੈਗਾ ਤੁਸੀਂ ਦੇਖਿਓ ਸੀ ਅੱਗੇ ਹੁੰਦਾ ਕੀ ਹੈ ਹਜੇ ਤਾਂ ਚੰਨੀ ਸਾਹਿਬ ਦਾ ਸਿਰਫ ਚਾਹ ਪਾਣੀ ਦਾ ਖਰਚਾ ਹੀ ਦੇਖਿਆ ਆਪਾਂ ਹਜੇ ਅੱਗੇ ਦੇਖਿਓ ਹੁੰਦਾ ਕੀ ਹੈ ਠੀਕ ਹੈ ਨਾ ਹਜੇ ਤਾਂ ਚਾਹਾਂ ਕਚੋਰੀਆਂ ਥਾਲੀਆਂ ਦੇ ਰੇਟ ਨਿਕਲੇ ਨੇ ਜਿਹੜੇ ਹੋਰ ਵੱਡੇ ਵੱਡੇ ਰੇਟ ਨੇ ਉਹ ਵੀ ਨਿਕਲਣਗੇ ਇਸ ਕਰਕੇ ਮੈਂ ਬਤੌਰ ਮੁੱਖ ਮੰਤਰੀ ਪੰਜਾਬੀਆਂ ਨਾਲੇ ਵਾਅਦਾ ਕਰਦਾ ਜਿੰਨਾ ਵਿਸ਼ਵਾਸ ਉਹਨਾਂ ਨੇ ਮੇਰੇ ਤੇ ਕੀਤਾ ਇਹ ਤੋਂ ਵੱਧ ਕੁਛ ਨਹੀਂ ਹੋ ਸਕਦਾ ਇਹ ਤੋਂ ਵੱਧ ਬੰਦੇ ਨੂੰ ਕੁਛ ਨਹੀਂ ਚਾਹੀਦਾ ਹੁੰਦਾ ਕਿ ਇੰਨਾ ਪਿਆਰ ਲੋਕਾਂ ਦਾ ਇਸ ਜਨਮ 'ਚ ਮਿਲ ਜੇ ਕਈ ਜਨਮ ਲੱਗ ਜਾਣਗੇ ਧੰਨਵਾਦ ਕਰਦੇ ਕਰਦੇ ਪਰ ਮੈਂ ਵਿਸ਼ਵਾਸ ਟੁੱਟਣ ਨਹੀਂ ਦੇਣਾ ਇੱਕ ਰੁਪਈਆ ਵੀ ਜੇ ਪਹਿਲਾਂ ਵੀ ਖਾਧਾ ਉਹਦਾ ਹਿਸਾਬ ਲਿਆ ਜਾਊਗਾ ਉਹਨੂੰ ਖਜ਼ਾਨੇ 'ਚ ਲਿਆਂਦਾ ਜਾਊਗਾ ਖਜ਼ਾਨੇ ਦਾ ਮੂੰਹ ਪਬਲਿਕ ਵੱਲ ਖੋਲ੍ਹਿਆ ਜਾਊਗਾ ਇਹ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਅਤੇ ਨਵੇਂ ਸਾਲ ਦੀਆਂ ਤੁਹਾਨੂੰ ਫਿਰ ਇੱਕ ਵਾਰੀ ਬਹੁਤ ਬਹੁਤ ਮੁਬਾਰਕਾਂ ਔਰ ਨਵੇਂ ਸਾਲ 'ਚ ਪਰਮਾਤਮਾ ਕਰੇ ਸਾਨੂੰ ਇਹੋ ਜਿਹੀਆਂ ਦਿੱਕਤਾਂ ਨਾ ਆਉਣ ਪਰਮਾਤਮਾ ਇਹਨਾਂ ਨੂੰ ਵੀ ਸਮੱਤ ਬਖਸ਼ੇ ਇਹਨਾਂ ਨੂੰ ਵੀ ਬੁੱਧੀ ਬਖਸ਼ੇ ਕਿ ਹੋ ਲੈਣ ਦਿਓ ਕੰਮ ਕਿਉਂ ਡਿੱਕਾ ਬਣਦੇ ਹੋ ਸੋ ਮੈਂ ਤਾਂ ਇਹਨਾਂ ਵਾਸਤੇ ਵੀ ਅਰਦਾਸ ਕਰਦਾ ਕਿ ਆਪਣਾ ਆਤਮ ਮੰਥਨ ਕਰੋ ਕਿਉਂ ਲੋਕਾਂ ਨੇ ਤੁਹਾਨੂੰ ਆਪਣੇ ਦਿਲਾਂ 'ਚੋਂ ਕੱਢਿਆ ਕਿਉਂ ਲੋਕਾਂ ਨੇ ਤੁਹਾਨੂੰ ਕੁਰਸੀਆਂ ਤੋਂ ਲਾਹਿਆ ਆਤਮ ਮੰਥਨ ਕਰੋ ਨਾ ਕਿ ਕਿਸੇ 'ਤੇ ਕੋਈ ਆਲੋਚਨਾ ਕਿਸੇ ਦੇ ਬੂਟ ਕਿੰਨੇ ਦੇ ਨੇ ਭਗਵੰਤ ਮਾਨ ਤੁਰਦਾ ਹੈ ਕਿਉਂ ਹੈ ਸੋ ਇਹ ਇਹਨਾਂ ਕੋਲ ਕੋਈ ਮੁੱਦਾ ਹੈ ਨਹੀਂ ਹੁਣ ਸੋ ਇਹ ਬੁਖਲਾਹਟ ਹੈ ਮੈਂ ਵੀ ਜਾਣਦਾ ਕਿਉਂਕਿ ਮੈਂ ਪਿੰਡਾਂ 'ਚੋਂ ਆਇਆ ਹੋਇਆ ਅੱਜ ਮੈਂ ਸਤੌਜ ਪਿੰਡ ਮਿੱਟੀ ਨੂੰ ਮੱਥਾ ਟੇਕ ਕੇ ਆਇਆ ਮੈਨੂੰ ਵੀ ਪਤਾ ਹੈ ਕਿ ਦੀਵਾ ਬੁਝਣ ਤੋਂ ਪਹਿਲਾਂ ਪਰ ਕਰਦਾ ਹੁੰਦਾ ਇਹ ਸਾਰੇ ਹੁਣ ਬੁਝਦੇ ਦੀਵੇ ਨੇ